ਜਲੰਧਰ ਦੇ ਸੋਢਲ ਮੰਦਿਰ ਦੇ ਨੇੜੇ ਰਬੜ ਦੀ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ, ਜਿਸ ਨੇ ਬੜੀ ਮੁਸ਼ਕਲ ਨਾਲ ਅੱਗ ਉੱਪਰ ਕਾਬੂ ਪਾਇਆ। ਇਸ ਸੰਬੰਧੀ ਫਾਇਰ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ 10 ਮਿੰਟ ਵਿੱਚ ਹੀ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਏ ਸਨ। ਸਰ, ਹੈੱਡਕੁਆਟਰ ਤੋਂ ਸਾਨੂੰ ਕਾਲ ਆਈ ਸੀਗੀ ਵੀ ਤੁਸੀਂ ਇੱਥੇ ਅੱਗ ਲੱਗੀ ਹੋਈ ਆ, ਸਕ੍ਰੈਪ ਨੂੰ ਅੱਗ ਲੱਗੀ ਹੋਈ ਸੀਗੀ ਜੀ। ਉਹ ਅਸੀਂ ਅੱਗ ਲੱਗਣ ਦਾ ਕਾਰਨ ਨਹੀਂ ਮਾਲੂਮ ਹੈ, ਪਰ ਮੌਕੇ 'ਤੇ ਆ ਕੇ ਦੇਖਿਆ ਅਸੀਂ ਅੱਗ ਬੁਝਾ ਦਿੱਤੀ ਹੋਟਲ ਦੇ ਬੈਕ ਸਾਈਡ 'ਤੇ ਦੱਸਿਆ ਗਿਆ ਸੀਗਾ ਜੀ। ਉੱਧਰ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਵਿੱਚ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਬਹਰਹਾਲ ਅੱਗ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਗਦੀਸ਼ ਰਾਜ ਸਰ, ਜਿਹੜੀ ਅੱਗ ਸਰ ਇਹ ਪਤਾ ਨਹੀਂ ਲੱਗਿਆ, ਸਿਰਫ ਸਕ੍ਰੈਪ ਸੀਗੀ ਉੱਥੇ ਜੀ ਸਰ। ਸਕ੍ਰੈਪ ਨੂੰ ਹੁਣ ਪਤਾ ਨਹੀਂ ਕਿਸ ਤਰ੍ਹਾਂ ਉੱਪਰੋਂ ਕਿਸੇ ਨੇ ਕੂੜਾ ਸੁੱਟਿਆ ਜਾਂ ਨਾਲ ਕੋਈ ਚੰਗਿਆੜੀ ਲੱਗ ਗਈ ਜਾਂ ਕੀ ਹੈ, ਕੋਈ ਪਤਾ ਨਹੀਂ। ਸਾਨੂੰ ਤਾਂ ਪਤਾ ਉਦੋਂ ਲੱਗਿਆ ਜਦੋਂ ਧੂੰਆਂ ਉੱਪਰ ਆਇਆ ਅਤੇ ਮੁੰਡੇ ਨੇ ਆ ਕੇ ਲੜਕੇ ਨੇ ਦੱਸਿਆ ਇੱਦਾਂ ਦਾ ਧੂੰਆਂ ਬਹੁਤ ਨਿਕਲਦਾ, ਫਿਰ ਅਸੀਂ ਗੇਟ ਖੋਲ੍ਹਿਆ ਉੱਧਰ ਦਾ ਅਤੇ ਫਿਰ ਪਤਾ ਲੱਗਿਆ।